ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲੱਕੀ ਹੈ ਜੀ। ਮੈਂ ਮਾਨਵ ਫਿਊਚਰ ਟੈਕ ਨੈਨੋਬਿਸ ਦੀ ਜਲੰਧਰ ਫਰੈਂਚਾਈਜ਼ੀ। ਅਸੀਂ ਅੱਜ ਨੈਨੋ ਕੋਟਿਡ ਪ੍ਰੋਡਕਟ ਹੈ ਜਿਹੜਾ, ਅਸੀਂ ਟੋਇਟਾ ਦੀ ਇਨੋਵਾ ਦੀ ਕਾਰ ਦੇ ਉੱਤੇ ਅਸੀਂ ਅਪਲਾਈ ਕਰਨ ਜਾ ਰਹੇ ਹਾਂ। ਪਹਿਲਾਂ ਅਸੀਂ ਕਾਰ ਦੇ ਸ਼ੀਸ਼ੇ ਨੂੰ ਅਸੀਂ ਇਹਦੇ ਕਲੀਨਜ਼ਰ ਨਾਲ, ਗਲਾਸ ਕਲੀਨਜ਼ਰ ਨਾਲ ਅਸੀਂ ਕਲੀਨ ਕੀਤਾ ਹੈ, ਅਤੇ ਇਹ ਹਲੇ ਕਲੀਨ ਕਰ ਰਹੇ ਨੇ ਭਾਈ ਸਾਹਿਬ। ਅਤੇ ਇਸ ਤੋਂ ਬਾਅਦ ਅਸੀਂ ਆਪਾਂ ਇਹਨੂੰ ਜਿਹੜਾ ਨੈਨੋ ਕੋਟਿਡ ਪ੍ਰੋਡਕਟ ਆ ਉਹਦੇ ਨਾਲ ਅਸੀਂ ਉਹਨੂੰ ਕੋਟ ਕਰਾਂਗੇ। ਹੁਣ ਅਸੀਂ ਇਹ ਨੈਨੋ ਕੋਟਿਡ ਜਿਹੜਾ ਪ੍ਰੋਡਕਟ ਹੈ ਉਹਨੂੰ ਆਪਾਂ ਕਾਰ ਦੇ ਸ਼ੀਸ਼ੇ ਉੱਤੇ ਥੋੜ੍ਹਾ ਥੋੜ੍ਹਾ ਕਰਕੇ ਸਪਰੇਅ ਕਰਾਂਗੇ। ਅਤੇ ਇੱਕ ਧਿਆਨ 'ਚ ਰੱਖਣ ਵਾਲੀ ਗੱਲ ਹੈ ਕਿ ਤੁਸੀਂ ਸਪਰੇਅ ਹੈ ਜਿਹੜੀ ਇਹ ਧੁੱਪ 'ਚ ਖੜ੍ਹ ਕੇ ਗੱਡੀ 'ਤੇ ਨਹੀਂ ਕਰਨੀ, ਤੁਸੀਂ ਇਹਨੂੰ ਠੰਡੇ ਥਾਂ ਛਾਵੇਂ ਥੋੜ੍ਹਾ ਰੱਖਣਾ ਹੈ ਧੁੱਪ ਤੋਂ ਘੱਟ, ਤਾਂ ਕਿ ਡਾਇਰੈਕਟ ਸਨਲਾਈਟ ਇਹ 'ਤੇ ਨਾ ਪਵੇ, ਕਿਉਂਕਿ ਉਸੇ ਵੇਲੇ ਇਹ ਡਰਾਈ ਹੋ ਜਾਂਦਾ ਹੈ। ਅਤੇ ਸਾਰੇ ਮੇਰੇ ਵੀਰ ਭਰਾ ਇਹ ਥੋੜ੍ਹਾ ਧਿਆਨ ਰੱਖਣ। ਇਹ ਆਪਾਂ ਹੁਣ ਥੋੜ੍ਹੀ ਥੋੜ੍ਹੀ ਕਰਕੇ ਅਸੀਂ ਇਹਦੇ ਉੱਤੇ ਅਸੀਂ ਸਪਰੇਅ ਕਰਕੇ ਆਪਾਂ ਇਹਨੂੰ ਜਿਹੜਾ ਨਾਲ ਇਹਦਾ ਕੋਟਨ ਆਉਂਦਾ ਹੈ ਉਹਦੇ ਨਾਲ ਅਸੀਂ ਆਪਾਂ ਨੂੰ ਸਾਫ਼ ਕਰਕੇ, ਮਤਲਬ ਕਿ ਉੱਤੇ ਕੋਟ ਹੋ ਜਾਏਗਾ। ਅਤੇ ਇੱਦਾਂ ਹੀ ਅਸੀਂ ਸਾਰੀ ਗੱਡੀ ਦੇ ਸ਼ੀਸ਼ੇ 'ਤੇ ਕਰਨਾ ਹੈ। ਅਸੀਂ ਇਸ ਨੈਨੋ ਕੋਟਿਡ ਜਿਹੜਾ ਪ੍ਰੋਡਕਟ ਹੈ ਅਸੀਂ ਉਹਨੂੰ ਕਾਰ ਦੇ ਫਰੰਟ ਸ਼ੀਸ਼ੇ 'ਤੇ ਯੂਜ਼ ਕਰਦੇ ਹਾਂ, ਅਸੀਂ ਬੈਕ 'ਤੇ ਵੀ ਕਰ ਸਕਦੇ ਹਾਂ, ਜਾਂ ਕਾਰ ਦੇ ਸਾਈਡ ਵਿੰਡੋ ਮਿਰਰਸ ਹੁੰਦੇ ਆ ਅਸੀਂ ਉਹਨਾਂ 'ਤੇ ਵੀ ਕਰ ਸਕਦੇ ਹਾਂ। ਅਤੇ ਨਾਲ ਨਾਲ ਹੀ ਅਸੀਂ ਜਿਹੜੇ ਪਿੱਛੇ ਦੇਖਣ ਵਾਲੇ ਦੋਨੇ ਸਾਈਡਾਂ ਦੇ ਸ਼ੀਸ਼ੇ ਹੁੰਦੇ ਆ ਅਸੀਂ ਉਹਨਾਂ 'ਤੇ ਵੀ ਕਰ ਸਕਦੇ ਹਾਂ। ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਹੈ ਤਾਂ ਉਹਦੇ ਉੱਤੇ ਪਾਣੀ ਗਿਰਦਾ ਅਤੇ ਸਾਨੂੰ ਪਿੱਛੇ ਨਹੀਂ ਦਿਖਦਾ, ਅਤੇ ਉਹਦੇ ਕਾਰਨ ਤੁਹਾਡੇ ਸਾਈਡ ਜਿਹੜੇ ਮਿਰਰਸ ਆ ਉਹ ਵੀ ਸਾਫ਼ ਰਹਿਣਗੇ, ਅਤੇ ਤੁਹਾਡੇ ਵਿਜ਼ੀਬਿਲਿਟੀ ਵੱਧ ਜਾਏਗੀ ਅਤੇ ਐਕਸੀਡੈਂਟ ਦੇ ਚਾਂਸਿਸ ਬਹੁਤ ਘੱਟ ਜਾਣਗੇ। ਅਤੇ ਇਸ ਨੂੰ ਬੜੇ ਧਿਆਨ ਨਾਲ ਅਪਲਾਈ ਕਰਨਾ। ਫਰੈਂਡਸ, ਤੁਸੀਂ ਇਹਨੂੰ ਨੈਨੋ ਕੋਟਿਡ ਨੂੰ ਤੁਸੀਂ ਹੋਰ ਵੀ ਕਈ ਚੀਜ਼ਾਂ 'ਤੇ ਯੂਜ਼ ਕਰ ਸਕਦੇ ਹੋ, ਜਿਵੇਂ ਕਿ ਤੁਸੀਂ ਆਪਣੀ ਟੀ ਵੀ ਦੀ ਫਰੰਟ ਸਕਰੀਨ 'ਤੇ, ਲੈਪਟੋਪ 'ਤੇ, ਠੀਕ ਹੈ ਜੀ, ਮੋਬਾਈਲ 'ਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਅਤੇ ਨਾਲ ਨਾਲ ਹੀ ਤੁਸੀਂ ਇਹਨੂੰ ਆਪਣੇ ਹੈਲਮਟ ਦੇ ਫਰੰਟ ਸ਼ੀਸ਼ੇ 'ਤੇ ਯੂਜ਼ ਕਰ ਸਕਦੇ ਹੋ, ਉਹਦੇ ਨਾਲ ਤੁਹਾਡੇ ਜਿਹੜਾ ਆ ਜਿਹੜਾ ਤੁਹਾਡਾ ਪ੍ਰੋਡਕਟ ਹੈਗਾ ਉਹ ਵਾਟਰਪਰੂਫ ਹੋ ਜਾਏਗਾ। ਫਰੈਂਡਸ, ਜੇ ਤੁਹਾਨੂੰ ਇਹ ਸਾਡਾ ਡੈਮੋ ਨੈਨੋ ਕੋਟਿਡ ਦਾ ਵਧੀਆ ਲੱਗਿਆ ਤਾਂ ਤੁਸੀਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ, ਅਤੇ ਪਲੀਜ਼ ਸ਼ੇਅਰ ਕਰ ਦਿਓ ਬੱਕੇ ਨਾਲ ਵੀ, ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਜਾਏ ਆਪਾਂ ਨੈਨੋ ਕੋਟਿਡ ਨੂੰ ਕਿੱਦਾਂ ਯੂਜ਼ ਕਰਨਾ ਹੈ ਆਪਣੇ ਪ੍ਰੋਡਕਟਸ ਦੇ ਉੱਪਰ, ਆਪਣੇ ਕਾਰ ਦੇ ਫਰੰਟ ਮਿਰਰ ਦੇ ਉੱਪਰ। ਸੋ ਥੈਂਕ ਯੂ ਸੋ ਮੱਚ।